ਮੁੰਡ ਜਨਾਬ ਉਹ ਸੀ ਮੈਂ ਥੋੜਾ ਜਿਹਾ ਨਾਲ ਸਟੇਜ ਤੇ ਬਹਿ ਕੇ ਮੁੰਡ ਨਾਲ ਹੀ ਟੇਬਲ ਸਟੇਜ ਦਾ ਜਿਹੜਾ ਉਹ ਉੱਤੇ ਬਹਿ ਗਿਆ ਤੇ ਵੇਟਰ ਨੂੰ ਮੈਂ ਇਸ਼ਾਰਾ ਕੀਤਾ ਆਇਆ ਬਹਿ ਰ ਜਿਹੜੇ ਉਹ ਆਣ ਮਕੇ ਪੋਲਾ ਜਾ 500 ਰੁਪਈਆ ਇੱਕ ਬਰਾ ਵੈਸੇ ਹੀ ਕਰਦਾ ਆ ਮਹਾਰਾਜਾ ਸਾਹਿਬ ਸ਼ੁਗਲੇ ਵੀਡੀਓ ਬਣਾਇਆ ਕਰੋ ਤੇ ਮੈਂ ਆਖਿਆ ਬਸ ਸ਼ੁਗਲੇ ਬਣਾਇਆ ਮੁਲਖਾ ਦਾ ਬਾਏ ਮਰਾਸੀ ਦੂਜੀ ਗੱਲ ਇੱਕ ਬਰਾ ਜਨਾਬ ਤੁਸੀਂ ਮਸ਼ਹੂਰ ਹੋ ਗਏ ਉਹ ਤੁਹਾਡੀ ਤਾਂ ਬੜੀ ਮौज ਹੋ ਗਈ ਨਹੀਂ ਮੇਠਿਆ ਦੂਹਨ ਦੀ ਗੱਲ ਦਾ ਜਵਾਬ ਦੇਣਾ ਆਮ ਤੁਹਾਡੇ ਮੈਸਜ ਆਉਂਦਾ ਤੇ ਦੱਸ ਨਾ ਬਾਈ ਏਡੀ ਮੋਜ ਕੋਈ ਨਹੀਂ ਹੋਈ ਤੇ ਨਾਲੇ ਸ਼ੂਗਰ ਹੋ ਗਿਆ ਜਦੋਂ ਮੈਂ ਸੋਸ਼ਲ ਮੀਡੀਆ ਤੇ ਮਸ਼ਹੂਰ ਨਾਸ ਨਾ ਗੱਲ ਚਾਸ ਨਾਲ ਸੁਣਿਆ ਮੇਰੀ ਗੇਮ ਕਿਵੇਂ ਮੈਂ ਪਾਈ ਤੇ ਕੌਨਫੀਡੈਂਸ ਕਿਤਨਾ ਮੈਟਰ ਕਰਦਾ ਗੱਲੇ ਸ਼ੂਗਰ ਵੀ ਬੜਾ ਮੇਰਾ ਬੈਸਟ ਫਰੈਂਡ ਹੈ ਉਸ ਮੇਰੀ ਭਰਾ ਹੈ ਮੇਰਾ ਨਿੱਕਾ ਉਹਦਾ ਰਿਕਵੈਸਟ ਹੈ ਬੰ ਅਨਾ ਮੇਰਾ ਨਾਂ ਨਾ ਲਵੀ ਲਾਜ਼ਮੈ ਨਾਂ ਨਹੀਂ ਲੈਂਦਾ ਉਹ ਤੋ ਮੈਟਰ ਗੈ ਲਾਹੌਰ ਲਾਹੌਰ ਫਿਰ ਟੁਰੇ ते उस तो बाद यह गल तकरीबन त्रै त्रै साल हो गए सरदिया पाकिस्तान दो गए असि इट्ठे हुए कुदरती लहरों ने शौक बड़ा करतारपुर वेखने का उस बार्डर खुलिया असी दरा करतारपुर लहरों टुर गया करतारपुर वेख्या शेखिया फिरे टुरे तो उतो निकले तो भूख बड़ी लगी मेना वाह किसी वल जे होटल तेनालो मैं आख्या ठीक है हूँ ਉਹ ਸੇਰੀਏ ਜ ਕਦੀ ਨਿਕਲੇ ਵੀ ਨਾ ਸੇ ਕਰਤਾਰਪੁਰ ਤੇ ਸਿਆਲਕੋਟ ਉੱਤੇ ਦੇ ਤੇ ਪਤਾ ਵੀ ਐਡਾ ਕੋਨਾ ਹੀ ਹੋਟਲਾਂ ਦਾ ਤੇ ਉੱਥੇ ਖਲੋਨੇ ਆ ਲਾ ਉੱਥੇ ਖਲੋਨੇ ਆ ਕਿਸੇ ਟਰੱਕੇ ਵਾਲਾ ਤੇ ਬ੍ਰੇਕ ਮਾਰੀਏ ਹੋਟਲੇ ਤੇ ਕਦੀ ਕੋਈ ਉਦੋਂ ਘਾਲ ਵੀ ਬਾਡੀ ਘਰ ਮਾੜੀ ਹੋ ਗਈ ਬਠੋ ਘਰ ਰਪੜੀਏ ਇਸ ਕਸ਼ਮਕਾਚਾ ਨਾ ਕਿੱਥੋਂ ਖਾਈਏ ਕਿੱਥੋਂ ਖਾਈਏ ਟਰਦੇ ਆਈਏ ਟਰਦੇ ਆਈਏ ਮੇਰੇ ਨਾ ਜ਼ਿਹਨ ਵਿੱਚ ਨਾ ਯਕਦਮ ਨਾ ਆਈਡੀਆ ਆ ਗਿਆ ਕੁਦਰਤੀ ਗੱਲ ਬਹੁਤ ਮੁੰ ਲੋਰ ਗਾਇਆ ਤੇ ਚੰਗੇ ਠਿਗੜੇ ਰਾਈਂ ਬੂਟੇਡ ਬੂਟੇਡ ਹੋ ਗਿਆ ਕੋ ਜੋ ਮੇਰਾ ਭਰਾ ਉਕੋ ਬਾਣ ਕੇ ਆਂਦਾ ਮੈਂ ਕੋ ਕੋ ਸ਼ਿਕਰ ਲੈਣਾ ਵਾ ਪਾਕਿਸਤਾਨ ਚੰਗੇ ਕਪੜਾ ਸੂਟ ਬੂਟ ਗੱਡੀ ਚੰਗੀ ਸਾਡੇ ਕੋਲ ਉਹ ਜਨਾਬ ਮੈਂ ਆਨ ਲਾ ਬ ਲੈ ਚਾਲਾ ਤੈਨ ਮੈਂ ਉਥੇ ਰੋਟੀ ਖਵਾਣੀ ਹੈ ਤੈਨ ਚਾਸਾਣੀ ਗੱਡੀ ਬਜਾਉਂਦਾ ਕਿਦੇ ਮੈਂ ਕਿ ਤੂੰ ਬਜਾ ਹਲਾ ਜੀ ਵਜ਼ੀਰਾਬਾਦ ਅਪੜੇ ਸੇ ਵਜ਼ੀਰਾਬਾਦ ਜੇਤ ਲਾ ਗੁਜਰਾਤ ਆ ਲਾਉਣ ਲੱਗੇ ਨਾ ਕਿਨਾਰਾ ਹੋਟਲ ਹੈ ਕਿਨਾਰਾ ਹੋਟਲ ਦੇ ਕੋਲ ਅਪੜੇ ਤੇ ਜੰਜਾਂ ਜਾਂਝ ਭਈ ਕਿਉਂ ਉਸ ਉਹਨਾਂ ਦੇ ਆਣੇ ਨਾ ਜੰਜਾਂ ਸਿਆਲੇ ਬੁੜੀਆਂ ਵੀਕੈਂਡ ਵੀ ਆਇਆ ਮਾਉਨਾ ਕੇਵਾਂ ਉਹ ਬੁੜਾ ਜਨਾਬ ਉਹ ਵੜ ਲਿਆ ਖੁਰਮਦੁੱਲੇ ਦਾ ਨਾਂ ਤੇ ਸਾਰੀਆਂ ਗੱਡੀਆਂ ਤੇ ਖੁਰਮ ਲਿਖਿਆ ਤੇ ਫੁੱਲ ਲੱਗੇ ਹੋਏ ਤੇ ਮਾਉਨਾ ਕੇਵਾਂ ਲਾ ਗੱਡੀ ਇੱਥੇ ਨਾਲ ਚੌਧਰੀ ਬੁੜੇ ਪ੍ਰੋਟੋਕੋਲ ਨਾਲ ਅਸੀਂ ਲੱਥੇ ਜਾਨ ਜੁਨਾਂ ਚੇਰੇ ਨਾ ਵੜ ਗਏ ਆਈ ਅੰਦਰ ਅਸੀਂ ਜਨਾਬ ਇਹਨਾਂ ਬੜੀ ਸਿਕਿਉਰਿਟੀ ਗੱਡੀਆਂ ਪਹਿਲਾਂ ਤੋਂ ਉਹ ਜੇ ਤਰੋਂ ਸਾਡੀ ਗੱਡੀ ਐਡੀ ਵੱਡੀ ਵੇ ਕਿਸ ਕੋਟੀ ਸਾਨੂੰ ਐਡਾ ਕੀ ਕੋਨਾ ਸਹੀ ਆ ਬੰਦੇ ਵੀ ਆਈ ਪੀ ਮੂੜ ਕੋ ਜਿਹਨ ਅਸੀਂ ਬੜੇ ਕੌਨਫੀਡੈਂਸ ਨਾਲ ਬੇਲੀ ਮੇਰਾ ਮੈਂ ਕਿਹਾ ਝਕਣਾ ਨਹੀਂ ਤੂੰ ਮੇਰੇ ਨਾਲ ਰਹਿਣਾ ਤੇ ਗੇਮ ਪਾਲਿਸਾਂ ਦੇ ਤੂੰ ਅਗਲੀ ਟੈਨਸ਼ਨ ਨਾਲ ਅਸੀਂ ਜਨਾਬ ਬੜੇ ਕੌਨਫੀਡੈਂਸ ਨਾਲ ਨਾ ਜੰਝੇ ਮਗਰ ਮਗਰੀ ਨਾ ਉੱਥੇ ਹਾਲ ਚੋ ਐਂਟਰ ਹੋ ਗਏ ਤੇ ਮੈਨਾਂ ਦਾ ਜੀ ਇਹਨਾਂ ਨੂੰ ਪਤਾ ਲੱਗ ਗਿਆ ਜਾਂ ਨਾ ਪਹਿਲਾਂ ਮੈਂ ਕਿਹਾ ਰੋਲੀ ਕੋ ਨਹੀਂ ਪਹਿਲੀ ਤੇ ਗੱਲ ਬਾਕੀ ਉਹ ਕੋ ਥੱਕੇ ਹੋਵੇ ਤੇ ਉਹ ਪੁੱਛੇ ਇਤਨੀ ਵੱਡੀ ਇਹ ਜਾਂਜ ਵਿੱਚ ਬਪਰਾਣਿਆ ਤੁਸੀਂ ਕਿੱਥੋਂ ਆ ਤੇ ਜੇ ਚਾਰੇ ਕਜ਼ਾ ਪੁੱਛ ਵੀ ਲਈ ਸੀ ਤੇ ਦੱਸਾਂ ਦੇ ਸਾਡੇ ਉਹ ਘਰੇ ਦੇ ਨਾਲ ਆਉਦੇ ਬੀਵੀਆਂ ਲਾਏ ਤੇ ਅਸੀਂ ਉਹਨਾਂ ਨਾਲ ਆਇਆ ਉਹਨੇ ਇਤਨੀ ਤੇ ਜਾਨ ਪੜਤਾਲ ਕਰਨੇ ਵੀ ਕਿਸੇ ਨਹੀਂ ਨਾ ਬਹਣ ਉਹ ਬੀਬੀਆਂ ਆ ਲੱਗ ਜਾਣ ਡੋਡਣ ਬਾਈ ਨਾਲ ਕਿਹੜੀ ਬੀਬੀ ਆਈਏ ਲਿਆਦਾ ਇਹ ਨਾ ਕੁਲੀਆ ਜ਼ਿਹਨ ਚ ਰੱਖ ਲਿਆ ਲੇਕਿਨ ਗੇਮ ਕੀ ਕੀਤੀ ਬਈ ਉਹ ਨਾ ਕਿ ਮੇਰੇ ਅੰਦਰ ਨਾ ਸ਼ੁਗਰ ਦੀ ਲਹਿਰ ਆ ਗਈ ਮੈਂ ਬੇਲੀ ਨਾਲ ਨਾ ਟਰਦਾ ਬਣਾ ਨਹੀਂ ਕਿਸੇ ਵੀ ਕੁਰਸੀ ਸਿੱਧਾ ਜਨਾਬ ਆਪਣਾ ਸਟੇਜ ਦੇ ਉੱਤੇ ਦੁੱਲਾ ਜਿਹੜਾ ਉਹ ਜਨਾਬ ਮੇਲੇ ਬੜੇ ਕੌਨਫੀਡੈਂਸ ਨਾਲ ਸਲਾਮ ਲਿਆ ਤਸਵੀਰ ਬਣਵਾਈ ਵੀਡੀਓ ਬਣਵਾਈ ਚਰਾ ਉਹਦੇ ਨਾਲ ਬੈਠ ਉਸ ਬੜਾ ਮੈਂ ਖੈਰ ਭਾਈ ਜੀ ਹੋਰ ਸੁਣੋ ਸਭ ਉਹ ਕੇ ਸਭ ਠੀਕ ਰਹੇ ਹੋ ਚੰਗੇ ਮਾਸ਼ਾਅੱਲਾ ਡੁੱਕੇ ਹੋ ਬੜਾ ਉਹ ਮੇਰੇ ਲੋਏ ਕਿਤੇ ਸ਼ੁਕਰੀਆ ਸ਼ੁਕਰੀਆ ਦਾ ਮੁੰਨ ਜਨਾਬ ਉਹ ਅਸੀਂ ਮੈਂ ਥੋੜਾ ਜਿਹਾ ਨਾਲ ਸਟੇਜ ਤੇ ਬਹਿ ਕੇ ਮੁੰਨ ਨਾਲ ਹੀ ਟੇਬਲ ਸਟੇਜ ਦਾ ਜਿਹੜਾ ਉਹ ਉੱਤੇ ਬਹਿ ਗਾ ਤੇ ਵੇਟਰ ਨੂੰ ਮੈਂ ਇਸ਼ਾਰਾ ਕੀਤਾ ਆਇਆ ਬਹਿ ਰ ਜਿਹੜੇ ਉਹ ਆਣ ਮਕੇ ਪੋਲਾ ਜਾ 500 ਰੁਪਈਆ ਹਰ ਸ਼ਾਇ ਤਾਜ਼ਾ ਤਾਜ਼ਾ ਰੋਟੀ ਤਾਜ਼ਾ ਪਹਿਲ ਉਸ ਟੇਬਲ ਤੇ ਆਵੇ ਮੁੰਨ ਦੂਜੇ ਉਹਨਾਂ ਵੀ ਸਹੀ ਹੋ ਗਿਆ ਬੰਦਾ ਕੋਈ ਵੱਲ ਚੌਧਰੀ ਬਾਦੁੱਲੇ ਤੋਂ ਨਾਲ ਹੀ ਸਭ ਤੋਂ ਵਧੀਆ ਰੋਟੀ ਵੀ ਖਾ ਦਿਓ ਸਟੇਬਲ ਤੇ ਬਹਿ ਕੇ ਹਰ ਬੰਦੇ ਨਾਲ ਜਿਹੜਾ ਜਨਾਬ ਫੋਟੋ ਵੀ ਚਕਵਾਈਆਂ ਮੇਲੇ ਵੀ ਖੈਰ ਕਰੀਏ ਤੇ ਵੀ ਪੁੱਛੇ ਕੋ ਚਾਰ ਵਾਰੀ ਦੁੱਲੇ ਦਾ ਬਰਾ ਦੁੱਲਣ ਵਾਲੇ ਉਹ ਸਾਰੇ ਆ ਕੇ ਉਸ ਟੇਬਲ ਤੇ ਪੁੱਛਣ ਭਾਈ ਜੀ ਠੀਕ ਹੈ ਸਭ ਓਕੇ ਜਾ ਉਹਨਾਂ ਲੱਗਣ ਮੇਰਾ ਬੇਲੇ ਇਧਰ ਮੇਰਾ ਦਿਲ ਚ ਅਗੜ ਤੂ ਜੀ ਗੇ ਤੋ ਪਰ ਉਹ ਵਾਲੇ ਪੁੱਛਣ ਹੁੰਦੇ ਆਨ ਬਗ ਕੋਈ ਕਮੀ ਰਹਿਤ ਨਹੀਂ ਮਕ ਮੋਂ ਤਸੱਲੀ ਨਾਲ ਰੋਟੀ ਖਾਗ ਮੁਣਾ ਹੱਬਾ ਨਾਸ ਜਾਂਦੀ ਨਿੰਦ ਮੰਨਿਆਂ ਕਾਲ ਹੁੰਦਾ ਜਨਾਬ ਬੜੀ ਤਸੱਲੀ ਨਾਲ ਸਬਜ਼ ਚਾਹ ਲੈ ਕੇ मुण हाल नाल बार बार बह के फोटो बना के छिख के उन्होंने लाफि करके जनाब तब नेक तमन्नाएं तो दे के वीआईपी तरीके वापस आए सिक्योरिटी वाले मुंह गड्डी का दरवाजा खोलिया साढ़े वास्ते बैठे फ्री हुए भाई खाला खा के आए आई लुकसाल हो मशहूर हो हूँ जो भी मैं गया वहां गुजरात मंडी सरगोद जंग हल निकल जाए उन्हें पता ला जाीपू राज ಆಯ್ ದೇಂಚು ದೇಶು ಗಾಲೆ ಇತ್ತೆ ಗಲ್ಲೆ ಡಗ್ಸ ಹಸ್ತರೋ ವಸ್ತರೋ ಉಚಿಯಾ ಟಾಳ ಇರೋ ಉಮೇದ ವಿಡಿಯೋ ಬಸಾಂದ ಅಯ್ಯೋಣಿ ಶೇರ್ ಕಾಕ್ದೇ ಅಮ್ಮ